ਸਾਡਾ ਪੱਕਾ ਮੋਰਚਾ ਹੁਣ ਲੱਗ ਗਿਆ ਜਿਨਾਂ ਚਿਰ ਸਾਡੇ ਸਿੰਘ ਘਰ ਨਹੀਂ ਆਉਂਦੇ ਅਸੀਂ ਨਹੀਂ ਘਰ ਜਾਵਾਂਗੇ ਮੰਨੋ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਸੀ ਦੂਣੇ ਚਾਉਣੇ ਹੋਏ ਸਾਰੇ ਆਪਣੇ ਮਿਲ ਗਏ ਨੇ ਵੀਰੇ ਜਿਵੇਂ ਬਹੁਤ ਚੰਗਾ ਪਰਮਾਤਮਾ ਕਰੇ ਸਾਡੇ ਵੀਰੇ ਬਾਹਰ ਆ ਜਾਣ ਬਸ ਐਡਾ ਸਵਾਈ ਗਰੋਗੇ ਟੈਂਕ ਕਦੀ ਥੱਕਦੇ ਨਹੀਂ ਨਾ ਬਿਲਕੁਲ ਸਿੱਧੇ ਜਾਵਾਂਗੇ ਚੰਡੀਗੜ੍ਹ ਨੂੰ ਸਿੱਧੇ ਜਾਵਾਂਗੇ ਇੱਥੋਂ ਸਕਦੇ ਨਹੀਂ ਅਸੀਂ ਸਜਣਾ ਤੋਂ ਸਾਡੇ ਭਰਾ ਨਹੀਂ ਛੱਡੇ ਜਾਂਦੇ ਅਸੀਂ ਨਹੀਂ ਜਾਵਾਂਗੇ ਇੱਥੋਂ ਬੰਦੀ ਸਿੰਘ ਰਿਹਾ ਕਰੋ शुक्ला इस वेले असी कौमी मोर्चे विच मौजूद हां ते तस्वीरां दिखाउने आ तुहानू बीबियां दीआं तस्वीरां दिखाउणा आ ठंड दा मौसम है ते बरसात इस वेले लगातार कल तो सवेर तो जारी है पर बीबियां दी शमूलियत देखो तुसी ये तस्वीरां अपने आप दे विच बेहद खास हो जांदियां ने जदों साडे घरां दीआं बजुर्ग औरतां निकल के सड़कां ते आ जाण तां मोर्चे किवें फतेह नहीं होणगे अपने आप दे विच खास तस्वीर ने देख सकते हो उम्र दराज ने पर उसके बावजूद भी सीधिया तस्वीर थोड़े नाल देख सकते हो इधर भी काम कर रही ने ते उधर दी तस्वीर भी गलबात भी करते रहेंगे नाल दी नाल कैमरा परसन कहूँगा तस्वीर भी सांझिया कर दो देख सकते हो रोटियां लंगर जिहड़ा प्रशादा है वह आई संगत दे लई तैयार किया जा रहा है किसी चीज़ की कमी नहीं हैगी बेहद प्यार सत्कार दे नाल जिहड़ा ये प्रशादा है तैयार किया जा रहा है तस्वीर दिखाने गलबात कर लैंदे आ तुहानू सत श्री अकाल जी सत श्री अकाल जी वाहिगुरु खालसा वाहिगुरु की फतेह माता जी कहते ठंड भी है उपरों मीह भी पै रहा है पर साडियां बजुर्ग औरतां डटियां होईयां हां जी डटे होए हैं जी साडा पक्का मोर्चा हुण लग गया जिहड़ा जे साडे सिंह घर नहीं आउंदे असीं नहीं घर जावांगे उम्र किन्नी होगी मेरी 81 साल 81 साल हां जी ਇੱਥੇ ਡਟੇ ਹੋਏ ਹੋ ਠੰਡ ਡਟੇ ਹੋਏ ਆ ਜੀ ਡਟੇ ਹੋਏ ਆ ਜੀ ਹਾਂ ਇਸੇ ਤਰ੍ਹਾਂ ਡਟੇ ਰਵਾਂਗੇ ਜਿੰਨਾ ਚਿਰ ਸਾਡੇ ਸਿੰਘ ਘਰ ਨਹੀਂ ਵਾਪਸ ਆਉਂਦੇ ਅਸੀਂ ਉਹਨਾਂ ਚਿਰ ਡਟੇ ਰਵਾਂਗੇ ਕਰੋ ਨੂੰ ਇਜਾਜ਼ਤ ਦੇ ਦਿੰਨੀ ਹੈ ਮੈਂ ਕੱਲੀ ਰਹਿਣੀ ਆ ਜੀ ਮੈਂ ਕੈਂਸਰ ਦੀ ਮਰੀਜ਼ ਆ ਹਾਂ ਹਾਂ ਤਾਂ ਵੀ ਮੈਂ ਇੱਥੇ ਡਟੀ ਆ ਜੀ ਪਰ ਮਾਤਾ ਹੌਸਲਾ ਪੂਰਾ ਹੈ ਬਿਲਕੁਲ ਹੌਸਲਾ ਪੂਰਾ ਹੈ ਜੀ ਹਾਂ ਅਸੀਂ ਮੰਨੂ ਦੇ ਸੋਏ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਡਦਾ ਸੀ ਦੂਣੇ ਚਾਉਣੇ ਹੋਏ ਅਸੀਂ ਮਾਈ ਭਾਗੋ ਦੀਆਂ ਜਾਈਆਂ ਅਸੀਂ ਉਹਨਾਂ ਦੀਆਂ ਵੀ ਉਹਨਾਂ ਦੀਆਂ ਅਸੀਂ ਧੀਆਂ ਜਿਸ ਤਰ੍ਹਾਂ ਉਹ ਡਟ ਕੇ ਰਹੇ ਸੀ ਅਸੀਂ ਉਸੇ ਤਰ੍ਹਾਂ ਡਟ ਕੇ ਰਵਾਂਗੇ ਅਸੀਂ ਭਾਗੋ ਮਾਈ ਸਾਡੀ ਮਾਤਾ ਭਾਗੋ ਹੈ ਅਸੀਂ ਉਹਨਾਂ ਦੇ ਜਾਏ ਆ ਕੀ ਲੱਗਦਾ ਸਰਕਾਰ ਐਵੇਂ ਕਿਵੇਂ ਕਰਦੀ ਆ ਸੌਦਾ ਸਾਧ ਨੂੰ ਬਾਹਰ ਕੱਢ ਦਿੰਨੇ ਆ ਤੀਏ ਦਿਨ ਉਹਨੂੰ ਪਰੋਲ ਮਿਲ ਜਾਂਦੀ ਆ ਦੇਖੋ ਜੀ ਇਹ ਤਾਂ ਸਰਕਾਰ ਅੰਨੀ ਆ ਕਹਿੰਦੇ ਹੁੰਦੇ ਅੰਨੀ ਪੀਵੇ ਕੁੱਤਾ ਚੱਟੇ ਇਹ ਉਹ ਗੱਲ ਹੈ ਅੰਨੀ ਪੀ ਰਿਹਾ ਕੁੱਤਾ ਚੱਟ ਰਿਹਾ इंसाफ नहीं मिल रहा है इंसाफ मिलना चाहिए असं इंसाफ से भुखे हाँ सानू इंसाफ मिलना चाहिए डटे हो इतो किन्ने बजे घरों आने तो किन्ने बजे जाने हो मैं जी सवेरे आ जानी हाँ नौ साढ़े नौ बजे आ जानी हाँ शाम नू मैं साढ़े सात आठ बजे घर जानी सारा दिन इतने काम कर सारा दिन इतने सेवा करी दी है तसल्ली मिलती है मन बिल्कुल जी बहुत शांति मिलती हैगी असी तो उन्हों वास्ते ही हाँ बैठे हुए सिंह वास्ते बैठे हुए साढ़े बच्चे घर आने चाहिए है असी जितांगे जरूर जारी जंग रखे जितांगे जी असी जितांगे ये जारी पक्के मोर्चे लगे हुए ने असी नहीं हुण हटते असी माई कहिंदे 81 साल उम्र है आंटी जी और सेहत भी ठीक नहीं हैगी पर सहेलियां बन गईयां पहलां तां दसो बिल्कुल जी बिल्कुल सारियां सहेलियां जी इत्थे जी फतेह आ सब मोर्चा हां जी माता होनी जिन्नियां बीबियां सब सहेलियां बन के भैणां बन के अपनी सेवा कर रही बहुत वधिया लग रहा हां जी ਕਰੋ ਇਜਾਜ਼ਤ ਮਿਲ ਜਾਂਦੀ ਹੈ ਨੂਆ ਨੂਆ ਤਾਂ ਨਹੀਂ ਕੁਝ ਕਹਿਣੀਆਂ ਉਹਨੇ 5 ਵਜੇ ਲੁਧਿਆਣੇ ਤੋਂ ਤਿਆਰ ਕਰਕੇ ਭੇਜਿਆ ਨੂਹ ਨੇ ਅੱਛਾ ਹਾਂਜੀ ਨੂਹ ਨੇ ਲੁਧਿਆਣੇ ਤੋਂ ਆਇਆ ਸਵੇਰੇ ਅੱਜ ਅੱਛਾ ਸਵੇਰੇ ਤੁਸੀਂ ਆਏ ਹੋ ਨੂਹ ਨੇ 5 ਵਜੇ ਤਿਆਰ ਕਰਕੇ ਭੇਜਿਆ ਕਹਿੰਦੀ ਜਾਓ ਮਾਤਾ ਜੀ ਜਾਓ ਅੱਛਾ ਹਾਂਜੀ ਮੈਂ ਪਠਾਨਕੋਟ ਤੋਂ ਆਈ ਹਾਂ ਸਵੇਰੇ 4 ਵਜੇ ਪੂਰੇ ਕਾਕਾ ਮੈਨੂੰ ਚੱਕੀ ਬੋਲਤੀ ਚੜਾ ਕੇ ਗਿਆ ਕਹਿੰਦਾ ਮਾਤਾ ਚੱਲ ਮੋਰਚਾ ਫਤਾ ਕਰਕੇ ਆਈ ਕਹਿੰਦਾ ਅਸੀਂ ਵੀ ਤੇਰੇ ਪਿੱਛੇ ਪਿੱਛੇ ਆਏ ਕਹਿੰਦਾ ਤੂੰ ਚੱਲ ਕਹਿੰਦਾ ਸਾਰਿਆਂ ਦਾ ਪਿਆਰ ਬੰਦੀ ਸਿੰਘ ਰਿਹਾ ਕਰੋ आपस दे विच
ਵਿੱਚ ਪੈਣਾ ਬਣ ਗਿਆ ਬਿਲਕੁਲ 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 ਫਰਕ ਹੀ ਨਹੀਂ ਹੈ ਅਸ ਤਾਂ ਪੁਰਾਣੇ ਜਨਮਾਂ ਦੀਆਂ ਵਿਛੜੀਆਂ ਹੀ ਮਿਲੀਆਂ ਹੁਣ ਹਾਂ ਹਾਂ ਮੇਰੇ ਇੰਜ ਲੱਗਦਾ ਜਿਵੇਂ ਨਾ ਹੁਣ ਸਾਰੇ ਵਿਛੜੇ ਹੋਏ ਆਪਣੇ ਮਿਲ ਗਏ ਨੇ ਇਹ ਸਾਰੇ ਆਪਣੇ ਮਿਲ ਗਏ ਨੇ ਵੀਰੇ ਜਿਵੇਂ ਬਹੁਤ ਚੰਗਾ ਪਰਮਾਤਮਾ ਕਹਿੰਦੇ ਸਾਡੇ ਵੀਰੇ ਬਾਹਰ ਆ ਜਾਣ ਬਸ ਇਹ ਅਰਦਾਸ ਹੈ ਵਾਹਿਗੁਰੂ ਅੱਗੇ ਮਾਤਾ ਜੀ ਕਿੰਨੀ ਉਮਰ ਹੈ ਮੇਰੀ 69 ਕਿੱਥੋਂ ਆਏ ਹੋ ਮੈਂ ਮੋਹਾਲੀ ਤੇ ਰਹਿੰਦੀ ਆ ਮੈਨੂੰ ਤੇ ਸਰਕਾਰ ਨੇ ਇਹ ਕਿਲਾ ਹੈਗਾ ਹੈ ਸਾਡੇ ਨਾਲ ਮਤਰੇ ਵਿਵਹਾਰ ਕਰਦੀ ਆ ਰਾਮ ਰਹੀ ਹਰ ਚੌਥੇ ਮਹੀਨੇ ਦੇਖੋ ਦੋ ਦੋ ਮਹੀਨੇ ਤਾਂ ਉਹਨੂੰ ਵਾਪਸ ਬਾਹਰ ਭੇਜਦੇ ਆ ਸਿੱਖਾਂ ਨੂੰ ਕਿਉਂ ਨਹੀਂ ਭੇਜਦੇ ਸਿੱਖਾਂ ਨਾਲ ਕਿਉਂ ਇੰਨਾ ਦਾ ਵੈਰ ਇੰਨਾ ਜ਼ਿਆਦਾ ਹੈਗਾ ਹੈ ਆਈ ਐਮ ਵੈਰੀ ਸੈਡ ਠੀਕ ਹੈ ਅਗਲੀਆਂ ਤਸਵੀਰਾਂ ਦਿਖਾਉਣਾ ਤੁਹਾਨੂੰ ਦੇਖੋ ਇਹ ਤਸਵੀਰਾਂ ਨੇ ਸੇਵਾ ਕਰ ਰਹੇ ਹੋ ਜੀ ਹਾਂਜੀ ਹਾਂਜੀ ਨਾਂਗਲ ਇਹ ਵੀ ਸੇਵਾ ਕਰ ਰਹੇ ਨੇ ਇਕੱਠੇ ਆਏ ਹੋ ਨਹੀਂ ਮਤਲਬ ਇਹ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਹਾਂਜੀ ਤੇ ਮੇਰੀ ਵੀ ਮਹਿਲਾ ਕਿਸਾਨ ਮਜ਼ਦੂਰ ਯੂਨੀਅਨ ਬਣਾਈ ਹੋਈ ਆ ਮੈਂ ਫਤਿਹਗੜ੍ਹ ਸਾਹਿਬ ਤੋਂ ਲਾਂਡਰਾਂ ਤੋਂ ਨੇ ਅੱਛਾ ਹਾਂਜੀ ਕਿਸਾਨੀ ਸੰਘਰਸ਼ ਦੇ ਵਿੱਚ ਇਕੱਠੇ ਹੋਏ ਸੀਗੇ ਭੈਣ ਭਰਾ ਮਤਲਬ ਸਾਰੇ ਇੱਕ ਉਹ ਪਰਿਵਾਰ ਸਾਨੂੰ ਦੁਬਾਰਾ ਇੱਥੇ ਮਿਲ ਗਿਆ ਏ ਤੇ ਉਸੇ ਤਰੀਕੇ ਨਾਲ ਸੇਵਾ ਇੱਥੇ ਚੱਲ ਰਹੀ ਹੈ ਉਸੇ ਤਰੀਕੇ ਨਾਲ ਜਿੱਤ ਗਏ ਬਾਪਾ ਮੈਂ ਕਹਿੰਦਾ ਵੀ ਭਾਈ ਤਾਂ ਆਉਂਦੇ ਨੇ ਬੰਦੇ ਤਾਂ ਆਉਂਦੇ ਨੇ ਪਰ ਔਰਤਾਂ ਦੀ ਸ਼ਮੂਲੀਅਤ ਇੱਥੇ ਵਧੀਆ ਹੈ ਨਹੀਂ ਬਹੁਤ ਆ ਰਹੀਆਂ ਨੇ ਬੀਬੀਆਂ ਜੀ ਆਉਂਦੇ ਨੇ ਕੁਝ ਦੁਕਾਨ 'ਚ ਬੈਠੀਆਂ ਨੇ ਠੀਕ ਹੈ ਸੇਵਾ ਤੁਸੀਂ ਦੇਖਦੇ ਹੋ ਬੀਬੀਆਂ ਹੀ ਨਿਭਾ ਰਹੀਆਂ ਨੇ ਜ਼ਿਆਦਾਤਰ ਹਾਂ ਇਹ ਮੰਨਦਾ ਪਿਆ ਮੈਂ ਵੀ ਆ ਨਹੀਂ ਰਹੀਆਂ ਸਾਰੀਆਂ ਆ ਰਹੀਆਂ ਨੇ ਜਿਵੇਂ ਜਿਵੇਂ ਮਤਲਬ ਹਾਂਜੀ ਹਾਂਜੀ ਅਗਲੀਆਂ ਤਸਵੀਰਾਂ ਦਿਖਾਉਣਾ ਦੇਖੋ ਤੁਸੀਂ ਇੱਧਰ ਵੀ ਆਂਟੀ ਸੇਵਾ ਜਾਰੀ ਹੈ ਜੀ ਜਾਰੀ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗੀ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਿੰਨੀ ਕਿੰਨੀ ਉਮਰ ਹੈ ਸਾਰਿਆਂ ਦੀ ਦੱਸਣੀ ਨਹੀਂ ਉਮਰ ਕਿ 65 ਸਾਲ ਹਾਂਜੀ 65 ਸਾਲ 65 ਸਾਲ ਦੀ 70 ਸਾਲ ਦੀ ਮਾਤਾ ਥੱਕਦੇ ਤਾਂ ਨਹੀਂ 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 ਥੱਕਦੇ ਨਾ ਕਿੱਥੋਂ ਆਏ ਹੋ ਇੱਥੇ ਲਾਂਡਰਾਂ ਤੋਂ ਲਾਂਡਰਾਂ ਨੇੜੇ ਆਏ ਆ ਅੱਛਾ ਦਿਲ ਕਰਿਆ ਕਿ ਬੰਦੇ ਮੋਰਚੇ ਦੇ ਵਿੱਚ ਸੇਵਾ ਕੀਤੀ ਜਾਵੇ ਹਾਂਜੀ 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 ਸਿੰਘ ਕਦੀ ਥੱਕਦੇ ਨਹੀਂ ਬਿਲਕੁਲ ਸਿੱਧੇ ਜਾਵਾਂਗੇ ਚੰਡੀਗੜ੍ਹ ਨੂੰ ਸਿੱਧੇ ਜਾਵਾਂਗੇ ਇੱਥੋਂ ਸਕਦੇ ਨਹੀਂ ਅਸੀਂ ਜਿੰਨਾ ਚਿਰ ਸਾਡੇ ਭਰਾ ਨਹੀਂ ਛੱਡੇ ਜਾਂਦੇ ਅਸੀਂ ਨਹੀਂ ਜਾਵਾਂਗੇ ਇੱਥੋਂ ਗੌਰਮੈਂਟ ਸਾਡੇ ਉਹ ਜ਼ਖਮਾਂ 'ਤੇ ਨਮਕ ਛਿੜਕ ਰਹੀ ਆ ਸੌਦਾ ਸਾਧ ਨੂੰ ਇਹਨਾਂ ਨੇ ਫਿਰ ਦੁਬਾਰਾ ਪੈਰੋਲ ਦੇ ਦਿੱਤੀ 40 ਦਿਨਾਂ ਬਾਅਦ ਤੇ ਉਹਨੂੰ ਸਰਕਾਰੀ ਸਮਾਗਮ 'ਚ ਹਰਿਆਣਾ ਸਰਕਾਰ ਸੱਦਾ ਵੀ ਦੇ ਰਹੀ ਆ ਸੱਦਾ ਦੇ ਰਹੀ ਆ ਤੇ ਸਾਡੇ ਇਹਨਾਂ ਨੂੰ ਦਿਖਦੇ ਨਹੀਂ 27 ਸਾਲ ਤੇ ਬੁੱਢੇ ਹੋ ਗਏ ਨੇ ਅੰਦਰ ਉਹਨਾਂ ਦੀਆਂ ਜਵਾਨੀਆਂ ਖਤਮ ਹੋ ਗਈਆਂ ਨੇ ਤੇ ਇਹਨਾਂ ਨੂੰ ਉਹ ਨਹੀਂ ਦਿਖਦੇ ਉਹ ਇਹਨਾਂ ਦਾ ਜਵਾਈ ਲੱਗਦਾ ਹੈ ਜਿਹਨੂੰ ਇਹ ਰੋਜ਼ ਪੈਰੋਲ ਦੇ ਦਿੰਦੇ ਆ ਬਿਲਕੁਲ ਅਗਲੀਆਂ ਤਸਵੀਰਾਂ ਸਾਂਝੀਆਂ ਕਰੋ ਨਾ ਦੇਖ ਸਕਦੇ ਹੋ ਸੇਵਾ ਬੀਬੀਆਂ ਦਾ ਖਾਸ ਰੋਲ ਇਸ ਵੇਲੇ ਇਸ ਮੋਰਚੇ ਦੇ ਵਿੱਚ ਦਿਸ ਰਿਹਾ ਔਰ ਜਿਸ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਔਰ ਬੇਹੱਦ ਪ੍ਰੇਮ ਸਤਿਕਾਰ ਦੇ ਨਾਲ ਮਾਤਾ ਜੀ 2 ਮਿੰਟ ਲੈ ਲੈਣਾ ਪਿੱਛੇ ਇੱਕ ਬਜ਼ੁਰਗ 81 ਸਾਲ ਦੀ ਕੈਂਸਰ ਹੈ ਇਕੱਲੀ ਹੈ ਕਹਿੰਦੇ ਪਰ ਸੇਵਾ ਕਰ ਰਹੀ ਹੈ ਮੈਨੂੰ ਕੋਈ ਦਿੱਕਤ ਨਹੀਂ ਹਾਂ ਬਾਬਾ ਜੀ ਇਕੜਾ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਮੈਂ ਵੀ ਆਪਰੇਸ਼ਨ ਕਰਾਇਆ ਵਾ ਮੈਨੂੰ ਵੀ ਕੋਈ ਦਿੱਕਤ ਨਹੀਂ ਹੈ ਆਰਾਮ ਤੇ ਸੇਵਾ ਕਰਦੇ ਹਾਂ ਕਿੱਥੋਂ ਆਏ ਹੋ ਅਸੀਂ ਮਟੌਰ ਪਿੰਡ ਤੇ 70 ਸੈਕਟਰ ਤੇ ਐਨ ਬਹੁਤ ਜੀ ਲੱਗਦਾ ਇੱਥੇ ਮਾਈਆਂ ਆਈਆਂ ਹੋਈ ਬਹੁਤ ਨੇ ਸਾਰੀਆਂ ਬਹੁਤ ਜੀ ਲੱਗਦਾ ਇੱਥੇ ਸਭ ਨਾਲ ਪਿਆਰ ਤੇ ਬੋਲਦੀਆਂ ਐ ਬਹੁਤ ਪਿਆਰ ਕਰਦੀਆਂ ਇੱਕ ਦੂਜੀ ਦਾ ਇੱਕ ਨੇ ਤਾਂ ਮੈਨੂੰ ਦੱਸਿਆ ਕਹਿੰਦੀ ਮੇਰੀ ਨੂੰਹ ਨੇ ਭੇਜਿਆ ਮੈਨੂੰ 5 ਵਜੇ ਤਿਆਰ ਕਰਕੇ ਉਹ ਬਹੁਤ ਦੂਰੋਂ ਆਈ ਹੈ ਹਾਂਜੀ ਹਾਂ ਮੇਰੀ ਵੀ ਨੂੰਹ ਕਹਿੰਦੀ ਹੈ ਬੀਬੀ ਜਾ ਮੈਂ ਕਿਹਾ ਮੈਂ ਮੇਰੇ ਤੇ ਕੁਝ ਤਕਲੀਫ ਹੈ ਤੈਨੂੰ ਕਹਿੰਦੀ ਨਾ ਕਹਿੰਦੀ ਤੂੰ ਠੀਕ ਹੈ ਪੁੱਤ ਵੀ ਤੂੰ ਸੇਵਾ ਕਰੇਗਾ ਰੋਜ਼ ਆਏਗਾ ਠੀਕ ਹੋ ਹਾਂਜੀ ਠੀਕ ਹੈ ਅਸੀਂ ਤਾਂ ਬਲੌਂਗੀ ਤੋਂ ਆਉਂਦੇ ਹਾਂ ਜੀ ਸੇਵਾ ਕਰ ਰਹੇ ਹੋ ਡਟੇ ਹੋਏ ਹੋ ਹਾਂਜੀ ਝੂਟੇ ਮੋਰਚਾ ਪੱਕਾ ਹੈ ਪੱਕਾ ਮੋਰਚਾ ਜੀ ਹੰਡਰ ਮੀ ਤੋਂ ਤਾਂ ਨਹੀਂ ਡਰਦੇ ਨਾ ਕਾਸੀ ਤੇ ਡਰਦੇ ਅਸੀਂ ਕਾਸੀ ਤੇ ਡਰਦੇ ਮੀ ਤੇ ਨਹੀਂ ਜਿੱਤ ਕੇ ਜਾਵਾਂਗੇ ਐਨ ਜਾਂਦੇ ਰੋ ਜਾਂਦੇ ਜੀ ਸੇਵਾ ਕਰ ਸੋ ਤਸਵੀਰਾਂ ਦੇਖੋ ਆਪਣੇ ਆਪ ਦੇ ਵਿੱਚ ਖਾਸ ਤਸਵੀਰਾਂ ਨੇ ਬੀਬੀਆਂ ਕਿਸੇ ਕੰਮ ਦੇ ਵਿੱਚੋਂ ਪਿੱਛੇ ਨਹੀਂ ਹੈਗਾ ਚਾਹੇ ਉਹ ਸੰਘਰਸ਼ ਹੋਵੇ ਦੇਸ਼ ਲਈ ਕੁਰਬਾਨੀ ਹੋਵੇ ਔਰ ਦੇਸ਼ ਦੇ ਕਿਸੇ ਵੀ ਕੰਮ ਦੇ ਵਿੱਚ ਸਾਥ ਦੇਣ ਦਾ ਜ਼ਿਕਰ ਹੋਵੇ ਇਹ ਤਸਵੀਰਾਂ ਦੇਖੋ ਆਪਣੇ ਆਪ ਦੇ ਵਿੱਚ ਬੇਹੱਦ ਖਾਸ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਦਾ ਯੋਗਦਾਨ ਜਿਹੜਾ ਮੋਰਚੇ ਦੇ ਵਿੱਚ ਬੰਦਿਆਂ ਦੇ ਨਾਲ ਖਾਸ ਕਰਕੇ ਪਾਈਆਂ ਦੇ ਨਾਲ ਹਾਂਜੀ ਆਂਟੀ ਜੀ ਕੀ ਪੁੱਛਣਾ ਦੱਸ ਕਿਵੇਂ ਆ ਸੇਵਾ ਲਈ ਡਟੇ ਹੋਏ ਹੋ ਮੈਂ ਕਿਹਾ ਡਟੇ ਨਹੀਂ ਤੇ ਪਤਾ ਕੌਮ ਕਿਨਾਂ ਦੀ ਹੈ ਸ਼ੇਰਾਂ ਦੀ ਹੈ ਦਲੇਰਾਂ ਦੀ ਹੈ ਬਾਜ ਦੀ ਅੱਖ ਵਰਗਿਆਂ ਦੀ ਕੌਮ ਹੈ ਇਹ ਤਾਂ ਜਾਂਦੇ ਨੂੰ ਪਰਖਲੇ ਜਾਨਵਰਾਂ ਤੋਂ ਨਹੀਂ ਹਟਦੀ ਹੈ ਜੇ ਅੱਜ ਦੇਸ਼ 'ਚ ਆਜ਼ਾਦੀ ਮੰਨਦੇ ਪਏ ਨਾ ਸਿੱਖਾਂ ਦੀਆਂ ਸ਼ਹੀਦੀਆਂ ਨੇ ਸਿਰ ਜੋੜੇ ਹੋਏ ਸਾਡੇ ਧੜਦੇ ਨਾਲ ਜੇ ਕੌਮ ਨਾ ਨਾ ਹੋਵੇ ਤਾਂ ਖੇਰੂ ਖੇਰੂ ਹੋ ਜਾਣਗੇ ਇਹ ਨਹੀਂ ਪਤਾ ਇਹ ਕਿਸ ਕੌਮ ਨਾਲ ਪੰਗਾ ਲੈ ਕੇ ਬਹਿ ਗਏ ਆ ਇਹ ਸ਼ਾਂਤਪੂਰਕ ਢੰਗ ਦੇ ਨਾਲ ਹੀ ਆਪਣਾ ਮੋਰਚਾ ਜਿੱਤਣਾ ਚਾਹੁੰਦੇ ਆ ਇਹ ਆਪ ਵੀ ਖਾਂਦੇ ਆ ਤਾਂ ਹੋਰਾਂ ਨੂੰ ਵੀ ਖਵਾਉਂਦੇ ਆ ਇਹ ਆਪਣਾ ਤਨ ਵੀ ਟੱਕਦੇ ਤਾਂ
ਹੋਰਾਂ ਦੇ ਟੱਕਦੇ ਆ, ਇਹਨਾਂ ਨੂੰ ਕਿਸੇ ਨਾਲ ਜਿੱਦ ਨਹੀਂ। ਆਪਣਾ ਹੱਕ ਮੰਗਣਾ ਜਾਣਦੇ ਤਾਂ ਹੱਕ ਮੰਗ ਕੇ ਰਹਿਣਗੇ, ਠੀਕ ਹੈ। ਕੋਈ ਕਿਸੇ ਨਾਲ ਜ਼ੁਲਮ ਨਹੀਂ ਕਰਦੇ ਪਏ, ਸਰਕਾਰਾਂ ਨੂੰ ਚਾਹੀਦਾ। ਸੌਦਾ ਸਾਧ ਨੂੰ ਤੀਜੇ ਦਿਨ ਪਰੋਲ ਮਿਲ ਜਾਂਦੀ ਹੈ, ਪੁੱਛੋ ਕੁਛ ਨਾ। ਉਹ ਕੰਜਰਾਂ ਨੂੰ ਤਾਂ ਸਾਰਾ ਕੁਛ ਮਿਲ ਜਾਂਦਾ ਹੁੰਦਾ, ਸਾਧਾਂ ਨੂੰ ਨਹੀਂ ਕੁਛ ਮਿਲਦਾ ਹੁੰਦਾ, ਫਰਕ ਇੰਨਾ ਕੀ ਹੈ ਉਹ। ਅਸੀਂ ਇਹ ਨਹੀਂ ਕਹਿੰਦੇ ਉਹਨੂੰ ਦੋਵੋ ਨਾ ਦੋ, ਸਾਡੇ ਸ਼ਹੀਦਾਂ ਨਾਲ ਤਾਂ ਨਾ ਤੁਸੀਂ, ਸਿੰਘਾਂ ਨਾਲ, ਬੰਦੀ ਸਿੰਘਾਂ ਨਾਲ ਏਦਾਂ ਕਰੋ। ਆਪਣੀ ਉਮਰ ਤੋਂ ਜ਼ਿਆਦਾ ਉਹ ਜੇਲ੍ਹਾਂ ਭੁਗਤ ਚੁੱਕੇ ਆ, ਲੇਕਿਨ ਇਸ ਕੌਮ ਨਾਲ ਹੀ ਕਿਉਂ? ਸਾਰੇ ਦੁਸ਼ਮਣ ਇੱਥੇ ਪਹੁੰਚੇ। ਬਿਲਕੁਲ, ਵਿਤਕਰੇ ਦਾ ਜਿਹੜਾ ਆਰੋਪ ਆ ਉਹ ਲਗਾਤਾਰ ਲਗਾਇਆ ਜਾ ਰਿਹਾ, ਪਰ ਇਹ ਖਾਸ ਰਿਪੋਰਟ ਅਸੀਂ ਦਿਖਾਈਏ ਕਿ ਕਿਸ ਤਰ੍ਹਾਂ ਦਾ ਜਿਹੜਾ ਸਤਿਕਾਰ ਪਿਆਰ ਹੈ ਇਸ ਵੇਲੇ ਬੀਬੀਆਂ ਵੱਲੋਂ ਇਸ ਮੋਰਚੇ ਦੇ ਵਿੱਚ ਦਿੱਤਾ ਜਾ ਰਿਹਾ। ਬੇਹੱਦ ਸੁਚੱਜੇ ਢੰਗ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਉਮਰ ਦਰਾਜ਼ ਬਜ਼ੁਰਗ ਔਰਤਾਂ ਨੇ, ਪਰ ਕਹਿੰਦੇ ਘਰਾਂ ਤੋਂ ਸਾਡੀਆਂ ਨੂੰਹਾਂ ਸਾਨੂੰ ਤਿਆਰ ਕਰਦੀਆਂ ਨੇ। ਇੱਕ ਬਜ਼ੁਰਗ ਔਰਤ 81 ਸਾਲ ਉਮਰ ਅਤੇ ਕੈਂਸਰ, ਪਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੇਵਾ ਕੀਤੀ ਹੈ ਇਸ ਮੋਰਚੇ ਦੇ ਵਿੱਚ। ਲਗਾਤਾਰ ਡਟੀਆਂ ਹੋਈਆਂ ਨੇ ਕਿ ਜਦ ਤੱਕ ਜਿੱਤ ਨਹੀਂ ਹੁੰਦੀ ਘਰਾਂ ਨੂੰ ਵਾਪਸੀ ਅਸੰਭਵ ਹੈ। ਕੈਮਰਾਮੈਨ ਰੋਸ਼ਨ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬੀ।